ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਜਰਨਲ ਸਾਇੰਸ ਦੇ ਇੰਪੋਰਟੈਂਟ MCQ ਦਾ ਪਾਰਟ 6 ਡਿਸਕਸ ਕਰਾਂਗੇ ਹਾਂਜੀ ਇਸ ਤੋਂ ਪਹਿਲਾਂ ਜਰਨਲ ਸਾਇੰਸ ਦੇ ਪੰਜ ਪਾਰਟ ਅਪਲੋਡ ਨੇ ਜੇਕਰ ਤੁਸੀਂ ਉਹ ਪੰਜ ਪਾਰਟ ਨਹੀਂ ਦੇਖੇ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਏਗਾ ਉੱਥੋਂ ਜਾ ਕੇ ਤੁਸੀਂ ਉਹ ਪੰਜ ਪਾਰਟ ਜ਼ਰੂਰ ਵੇਖ ਲੈਣਾ ਜੀ ਹਾਂਜੀ ਇਹ MCQ ਪੰਜਾਬ ਵਾਰਡ اٹੈਂਡੈਂਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਕਾਫੀ ਹੈਲਪਫੁਲ ਸਾਬਿਤ ਹੋਣਗੇ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਈਟੀਟੀ ਕੈਡਰ ਮਾਸਟਰ ਕੈਡਰ ਜਾਂ ਫਿਰ ਪੰਜਾਬ ਪਟਵਾਰੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਇਹ ਵੀਡੀਓ ਕਾਫੀ ਹੈਲਪਫੁਲ ਸਾਬਿਤ ਹੋਵੇਗੀ ਹਾਂਜੀ ਅੱਜ ਦੀ ਵੀਡੀਓ ਦੀ ਪੀਡੀਐਫ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ ਹਾਂਜੀ ਵੀਡੀਓ ਤੁਹਾਨੂੰ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਹਾਂਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਹਾਂਜੀ ਸਟਾਰਟ ਕਰਦੇ ਹਾਂ ਜੀ ਸਾਡੇ ਅੱਜ ਦੇ ਫਰਸਟ ਕੁਐਸਚਨ ਤੋਂ ਹਾਂਜੀ ਇਹ ਕੁਐਸਚਨ ਹੈ ਜਿਹੜੇ ਪਹਿਲਾਂ ਤੁਸੀਂ ਆਪਣੇ ਮਾਈਂਡ ਚ ਸੋਲਵ ਕਰਨਾ ਹੈ ਤੇ ਵੀਡੀਓ ਦੇ ਐਂਡ 'ਚ ਤੁਸੀਂ ਆਪਣਾ ਸਕੋਰ ਹੈ ਜਿਹੜਾ ਸਾਨੂੰ ਕਮੈਂਟ ਬਾਕਸ 'ਚ ਦੱਸਣਾ ਹੈ ਕਿ ਅੱਜ ਦੀ ਵੀਡੀਓ 'ਚ ਤੁਸੀਂ ਕਿੰਨਾ ਸਕੋਰ ਕੀਤਾ ਹੈ ਹਾਂਜੀ ਫਰਸਟ ਕੁਐਸਚਨ ਦਿੱਤਾ ਹੋਇਆ ਹੈ ਮਨੁੱਖੀ ਸਰੀਰ ਵਿੱਚ ਪਾਣੀ ਦੀ ਕਿੰਨੀ ਮਾਤਰਾ ਹੁੰਦੀ ਹੈ ਹਾਂਜੀ ਜਿਹੜੇ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਹੈ 70% ਤਾਂ ਉਹਨਾਂ ਦਾ ਆਨਸਰ ਹੈ ਜਿਹੜਾ கரੈਕਟ ਹੋ ਜਾਵੇਗਾ ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ ਜੀ 70% ਦੇ ਲਗਭਗ ਕਈ ਥਾਵਾਂ ਤੇ ਤੁਹਾਨੂੰ ਇੱਥੇ 65% ਵੀ ਲਿਖਿਆ ਹੋਇਆ ਆਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਇੱਕ ਸਧਾਰਨ ਮਨੁੱਖ ਦੇ ਸਰੀਰ ਦਾ ਤਾਪਮਾਨ ਕਿੰਨਾ ਹੁੰਦਾ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਤੇ ਸਾਰਿਆਂ ਨੂੰ ਹੀ ਪਤਾ ਹੋਵੇਗਾ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1st ਚੁਣਿਆ ਹੈ 98. 6 ਡਿਗਰੀ ਫਾਰਨਹਾਈਟ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ கரੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਮਨੁੱਖ ਆਇਰਨ ਕਿਸ ਤੋਂ ਪ੍ਰਾਪਤ ਕਰਦਾ ਹੈ ਹਾਂਜੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਦਾ கரੈਕਟ ਆਨਸਰ ਹੋਵੇਗਾ ਆਪਸ਼ਨ ਨੰਬਰ 2 ਪਾਲਕ ਹਾਂਜੀ ਮਨੁੱਖ ਆਇਰਨ ਕਿਸ ਤੋਂ ਜਿਹੜਾ ਪ੍ਰਾਪਤ ਕਰਦਾ ਹੈ ਇਹਨਾਂ ਚਾਰ ਆਪਸ਼ਨ ਵਿੱਚੋਂ ਹੀ ਆਪਾਂ ਦੱਸਣਾ ਹੈ ਤਾਂ ਇਹਨਾਂ ਵਿੱਚ ਜਿਹੜਾ கரੈਕਟ ਆਨਸਰ ਆਪਣਾ ਹੋ ਜਾਵੇਗਾ ਪਾਲਗ অপশন নাম্বার 2 ਜਿਹੜਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਆਪਣਾ ਮਨੁੱਖੀ ਸਰੀਰ ਵਿੱਚ ਭੋਜਨ ਦਾ ਸਭ ਤੋਂ ਜ਼ਿਆਦਾ ਪਾਚਨ ਕਿੱਥੇ ਹੁੰਦਾ ਹੈ ਹਾਂਜੀ ਸਾਡੇ ਕੋਲ ਚਾਰ অপਸ਼ਨ ਦਿੱਤੇ ਹੋਏ ਨੇ ਹਾਂਜੀ ਜਿਹੜੇ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ অপਸ਼ਨ ਨੰਬਰ 2 ਚੁਣਿਆ ਛੋਟੀ ਆਂਦਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ கரੈਕਟ ਹੋ ਜਾਵੇਗਾ ਮਨੁੱਖੀ ਸਰੀਰ ਵਿੱਚ ਭੋਜਨ ਦਾ ਸਭ ਤੋਂ ਜ਼ਿਆਦਾ ਪਾਚਨ ਕਿੱਥੇ ਹੁੰਦਾ ਦੀ ਛੋਟੀ ਅੰਦਰ ਵਿੱਚ ਹੁੰਦਾ ਹੈ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਮਨੁੱਖੀ ਸਰੀਰ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਣ ਵਾਲਾ ਤੱਤ ਕਿਹੜਾ ਹੈਗਾ ਹਾਂਜੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਾ ਹੈ ਜੀ ਚਾਰ ਆਪਸ਼ਨ ਦਿੱਤੇ ਹੋਏ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1st ਚੁਣਿਆ ਹੈ ਕਾਰਬਨ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਮਨੁੱਖੀ ਸਰੀਰ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਣ ਵਾਲਾ ਤੱਤ ਕਿਹੜਾ ਹੈਗਾ ਜੀ ਕਾਰਬਨ ਹਾਂਜੀ ਫਰੈਂਡ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਕਿਹੜੇ ਪੋਸ਼ਕ ਤੱਤ ਦਾ ਸਭ ਤੋਂ ਪਹਿਲਾਂ ਮੂੰਹ ਵਿੱਚ ਪਾਚਨ ਹੁੰਦਾ ਹੈ ਹਾਂਜੀ ਇਹ ਕੁਐਸਚਨ ਵੀ ਇੰਪੋਰਟੈਂਟ ਹੈਗਾ ਕਿਹੜੇ ਪੋਸ਼ਕ ਤੱਤ ਦਾ ਸਭ ਤੋਂ ਪਹਿਲਾਂ ਮੂੰਹ ਵਿੱਚ ਪਾਚਨ ਹੁੰਦਾ ਹੈ ਹਾਂਜੀ ਜਿਹੜੇ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ অপਸ਼ਨ ਨੰਬਰ 2 ਚੁਣਿਆ ਹੈ ਕਾਰਬੋਹਾਈਡਰੇਟ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਕਾਰਬੋਹਾਈਡਰੇਟ ਦਾ ਸਭ ਤੋਂ ਪਹਿਲਾ ਮੂੰਹ ਵਿੱਚ ਪਾਚਨ ਹੁੰਦਾ ਹੈ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਪੋਜਨ ਦਾ ਪਾਚਨ ਹੇਠ ਲਿਖਿਆਂ ਵਿੱਚੋਂ ਕਿਹੜੇ ਅੰਗ ਤੋਂ ਸ਼ੁਰੂ ਹੁੰਦਾ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਸਿੰਪਲ ਹੈਗਾ ਤੇ ਉਹ ਜ਼ਿਆਦਾ ਇੰਪੋਰਟੈਂਟ ਵੀ ਹੈਗਾ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਮੂੰਹ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਪੋਚਨ ਦਾ ਪਾਚਨ ਜਿਹੜਾ ਕਿਹੜੇ ਅੰਗ ਤੋਂ ਸਟਾਰਟ ਹੁੰਦਾ ਹੈ ਸਾਡੇ ਮੂੰਹ ਤੋਂ ਸਟਾਰਟ ਹੁੰਦਾ ਹੈ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਅਸੀਂ 1 ਮਿੰਟ ਵਿੱਚ ਕਿੰਨੀ ਵਾਰ ਸਾਹ ਲੈਨੇ ਹਾਂ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਨੇ ਤੁਹਾਡੇ ਕੋਲ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਹੈ ਇੱਥੇ ਤੁਸੀਂ ਕਰ ਲੈਣਾ ਜੀ 16 ਤੋਂ 18 ਵਾਰ ਜਿਨ੍ਹਾਂ ਨੇ ਆਪਸ਼ਨ 1 ਚੁਣਿਆ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਅਸੀਂ 1 ਮਿੰਟ ਵਿੱਚ ਜਿਹੜਾ ਕਿੰਨੀ ਵਾਰ ਸਾਂ ਲੈਂਦੇ ਆ 16 ਤੋਂ 18 ਵਾਰ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਟਿਬੀਆ ਨਾਮਕ ਹੱਡੀ ਕਿੱਥੇ ਪਾਈ ਜਾਂਦੀ ਹੈ ਹਾਂਜੀ ਟਿਬੀਆ ਨਾਮਕ ਹੱਡੀ ਕਿੱਥੇ ਪਾਈ ਜਾਂਦੀ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 2 ਚੁਣਿਆ ਹੈ ਲੱਤ ਵਿੱਚ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਟੀਬੀਆ ਨਾਮ ਖੱਡੀ ਹੁੰਦੀ ਹੈ ਜਿਹੜੀ ਉਹ ਸਾਡੇ ਲੱਤ ਵਿੱਚ ਪਾਈ ਜਾਂਦੀ ਹੈ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਮਨੁੱਖ ਦੇ ਮੂਤਰ ਦਾ ਪੀਐਚ ਮਾਣ ਕਿੰਨਾ ਹੁੰਦਾ ਹੈ ਹਾਂਜੀ ਇਹ ਕੁਐਸਚਨ ਵੀ ਵੇਰੀ ਵੇਰੀ ਇੰਪੋਰਟੈਂਟ ਹੈਗਾ ਜੀ ਕਾਫੀ ਵਾਰ ਐਗਜ਼ਾਮ ਵਿੱਚ ਪੁੱਛਿਆ ਗਿਆ ਹੈ ਹਾਂਜੀ ਇਸ ਕੁਐਸਚਨ ਦਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ 6 ਮਨੁੱਖ ਦੇ ਮੂਤਰ ਦਾ ਪੀਐਚ ਕਿੰਨਾ ਹੁੰਦਾ ਜੀ 6 ਹੁੰਦਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੇਰੀ ਵੇਰੀ ਇੰਪੋਰਟੈਂਟ ਹੈਗਾ ਜੀ ਇੱਕ ਏਬੀ ਗਰੁੱਪ ਵਾਲਾ ਵਿਅਕਤੀ ਖੂਨ ਦੇ ਸਕਦਾ ਹੈ ਹਾਂਜੀ ਚਾਰ ਆਪਸ਼ਨ ਨੇ ਆਪਾਂ ਦੱਸਣਾ ਕਿ ਏਬੀ ਗਰੁੱਪ ਵਾਲਾ ਵਿਅਕਤੀ ਖੂਨ ਕਿਸ ਨੂੰ ਦੇ ਸਕਦਾ ਹੈ ਹਾਂਜੀ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 2 ਚੁਣਿਆ ਸਿਰਫ AB ਨੂੰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਇੱਕ AB ਗਰੁੱਪ ਵਾਲਾ ਵਿਅਕਤੀ ਸਿਰਫ AB ਗਰੁੱਪ ਨੂੰ ਹੀ ਖੂਨ ਦੇ ਸਕਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਵਿਟਾਮਿਨ D ਦਾ ਸਭ ਤੋਂ ਚੰਗਾ ਸਰੋਤ ਕਿਹੜਾ ਹੈਗਾ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ C ਚੁਣਿਆ ਸੂਰਜ ਦੀ ਰੋਸ਼ਨੀ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਵਿਟਾਮਿਨ ਡੀ ਦਾ ਸਭ ਤੋਂ ਚੰਗਾ ਸਰੋਤ ਕਿਹੜਾ ਹੈਗਾ ਜੀ ਸੂਰਜ ਦੀ ਰੋਸ਼ਨੀ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਹਿਮੋਗਲੋਬਿਨ ਵਿੱਚ ਡੈਸ਼ ਮੌਜੂਦ ਹੁੰਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਹੈ ਲੋਹਾ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਹਿਮੋਗਲੋਬਿਨ ਵਿੱਚ ਲੋਹਾ ਜਿਹੜਾ ਮੌਜੂਦ ਹੁੰਦਾ ਹੈ ਜੀ ਤੁਸੀਂ ਜਿੰਨੇ ਵੀ ਕੁਸ਼ਚਨ ਸਹੀ ਕਰਦੇ ਹੋ ਕਮੈਂਟ ਬਾਕਸ 'ਚ ਤੁਹਾਡਾ ਸਕੋਰ ਹੈ ਜਿਹੜਾ ਉਹ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਵੀਡੀਓ 'ਚ ਤੁਸੀਂ ਕਿੰਨੇ ਕੁਸ਼ਚਨ ਆ ਜਿਹੜੇ ਕਰੈਕਟ ਕੀਤੇ ਨੇ ਜੀ ਨੈਕਸਟ ਕੁਸ਼ਚਨ ਵੱਲ ਚੱਲਦੇ ਆ ਨੈਕਸਟ ਕੁਸ਼ਚਨ ਵੀ ਇੰਪੋਰਟੈਂਟ ਹੈਗਾ ਜੀ ਮਨੁੱਖੀ ਸਰੀਰ ਵਿੱਚ ਗੁਣਸੂਤਰਾਂ ਦੀ ਸੰਖਿਆ ਹੁੰਦੀ ਹੈ ਚਾਰ ਆਪਸ਼ਨ ਨੇ ਤੁਹਾਡੇ ਕੋਲ ਜਿੰਨਾ ਵਿਦਿਆਰਥੀਆਂ ਨੇ ਇਸ ਕੁਸ਼ਚਨ ਦਾ ਆਪਸ਼ਨ ਨੰਬਰ ਡੀ ਚੁਣਿਆ 40 ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਮਨੁੱਖੀ ਸਰੀਰ ਵਿੱਚ ਗੁਣਸੂਤਰਾਂ ਦੀ ਸੰਖਿਆ ਕਿੰਨੀ ਹੁੰਦੀ ਹੈ ਜੀ 46 ਹੁੰਦੀ ਹੈ ਜੀ ਨੈਕਸਟ ਕੁਸ਼ਚਨ ਵੱਲ ਚਲਦੇ ਆ ਨੈਕਸਟ ਕੁਸ਼ਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਮਨੁੱਖੀ ਸਰੀਰ ਵਿੱਚ ਮਾਸਟਰ ਗ੍ਰੰਥੀ ਕਿਸ ਨੂੰ ਕਿਹਾ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਜਿੰਨਾਂ ਵਿਦਿਆਰਥੀਆਂ ਨੇ ਇਸ ਕੁਸ਼ਚਨ ਦਾ ਆਪਸ਼ਨ ਨੰਬਰ 1 ਚੁਣਿਆ ਹੈ ਪਿਟਿਊਟਰੀ ਗ੍ਰੰਥੀ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਮਨੁੱਖੀ ਸਰੀਰ ਵਿੱਚ ਮਾਸਟਰ ਗ੍ਰੰਥੀ ਕਿਸ ਨੂੰ ਕਿਹਾ ਜਾਂਦਾ ਹੈ ਪਿਟਿਊਟਰੀ ਗ੍ਰੰਥੀ ਨੂੰ ਕਿਹਾ ਜਾਂਦਾ ਹੈ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸ਼ਨ ਹੈਗਾ ਬੇਕਿੰਗ ਸੋਡਾ ਯਾਨੀ ਕਿ ਖਾਣ ਵਾਲੇ ਸੋਡੇ ਦਾ ਰਸਾਇਣਿਕ ਨਾਂ ਦੱਸੋ ਇੱਥੇ ਸੂਤਰ ਦਿੱਤਾ ਹੋਇਆ ਜੀ ਤੁਸੀਂ ਚੇਂਜ ਕਰ ਲੈਣਾ ਰਸਾਇਣਿਕ ਨਾਂ ਦੱਸੋ ਚਾਰ ਆਪਸ਼ਨ ਦਿੱਤੇ ਹੋਏ ਨੇ ਆਪਾਂ ਦੱਸਣਾ ਹੈ ਬੇਕਿੰਗ ਸੋਡੇ ਦਾ ਰਸਾਇਣਿਕ ਨਾਂ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸ਼ਨ ਦਾ ਆਪਸ਼ਨ ਨੰਬਰ ਬੀ ਚੁਣਿਆ সোਡੀਅਮ ਬਾਈਕਾਰਬੋਨੇਟ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ கரੈਕਟ ਹੋ ਜਾਵੇਗਾ ਹਾਂਜੀ ਇਗਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਕੁਐਸਚਨ ਬਣਦੇ ਨੇ ਰਸਾਇਣਿਕ ਸੂਤਰ ਤੋਂ ਰਸਾਇਣਿਕ ਨਾਂ ਤੋਂ ਜਿਹੜੇ ਪੁੱਛੇ ਜਾਂਦੇ ਨੇ ਉਹਨਾਂ ਲਈ ਆਪਾਂ ਇੱਕ ਟ੍ਰਿਕ ਵਾਲੀ ਵੀਡੀਓ ਬਣਾਈ ਹੋਈ ਹੈ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਉਹ ਤੁਸੀਂ ਜ਼ਰੂਰ ਵੇਖ ਲੈਣਾ ਜੀ ਕਿਉਂਕਿ ਉਹਨਾਂ ਵਿੱਚੋਂ ਐਗਜ਼ਾਮ ਵਿੱਚ ਇੱਕ ਕੁਐਸਚਨ ਪੱਕਾ ਪੁੱਛਿਆ ਜਾਂਦਾ ਹੈ ਹਾਂਜੀ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰਿਕ ਬਣਾਈ ਹੋਈ ਹੈ ਜਿਸ ਦੇ ਨਾਲ ਤੁਹਾਨੂੰ ਰਸਾਇਣਿਕ ਸੂਤਰ ਤੇ ਰਸਾਇਣਿਕ ਨਾਮ ਆ ਜਿਹੜੇ इजीली ਯਾਦ ਹੋ ਜਾਣਗੇ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ 베ਰੀ 베리 ਰੋਗ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ 베리 베리 ਰੋਗ ਆ ਜਿਹੜਾ ਉਹ ਵਿਟਾਮਿਨ B1 ਦੀ ਕਮੀ ਨਾਲ ਹੁੰਦਾ ਹੈ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ C ਚੁਣਿਆ ਹੈ ਵਿਟਾਮਿਨ B1 ਤਾਂ ਉਹਨਾਂ ਦਾ ਆਨਸਰ ਆ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਹੱਸਣ ਵਾਲੀ ਗੈਸ ਦਾ ਰਸਾਇਣਿਕ ਨਾਮ ਦੱਸੋ ਹਾਂਜੀ ਲਾਫਿੰਗ ਗੈਸ ਦਾ ਆਪਾਂ ਰਸਾਇਣਿਕ ਨਾਮ ਦੱਸਣਾ ਹੈ ਜੀ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1st ਚੁਣਿਆ ਨਾਈਟਰਸ ਆਕਸਾਈਡ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਨਾਈਟਰਸ ਆਕਸਾਈਡ ਨੂੰ ਹੀ ਜਿਹੜੀ ਹੱਸਣ ਵਾਲੀ ਗੈਸ ਕਿਹਾ ਜਾਂਦਾ ਹੈ ਹਾਂਜੀ ਇਸ ਦਾ ਰਸਾਇਣਿਕ ਸੂਤਰ ਕਿਹੜਾ ਹੁੰਦਾ ਜੀ N2O ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਹੈਗਾ ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਮ ਦੱਸੋ ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਮ ਆਪਾਂ ਦੱਸਣਾ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਸੋਡੀਅਮ ਕਾਰਬੋਨੇਟ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਮ ਕੀ ਹੈਗਾ ਜੀ ਸੋਡੀਅਮ ਕਾਰਬੋਨੇਟ ਹਾਂਜੀ ਅੱਜ ਦੇ ਲਾਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਅੱਜ ਦਾ ਲਾਸਟ ਕੁਐਸਚਨ ਹੈਗਾ ਪਾਰੀ ਜਲ ਦਾ ਰਸਾਇਣਿਕ ਨਾਮ ਕੀ ਹੈ ਹਾਂਜੀ ਆਪਾਂ ਪਾਰੀ ਜਲ ਦਾ ਰਸਾਇਣਿਕ ਨਾਮ ਦੱਸਣਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਡਿਊਟੀਰੀਅਮ ਆਕਸਾਈਡ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਪਾਰੀ ਜਲ ਦਾ ਰਸਾਇਣਿਕ ਨਾਮ ਕੀ ਹੈਗਾ ਜੀ ਡਿਊਟੀਰੀਅਮ ਆਕਸਾਈਡ ਤੇ ਇਸ ਨੂੰ ਜਿਹੜਾ ਰਸਾਇਣਿਕ ਸੂਤਰ ਹੈਗਾ ਉਹ ਹੈਗਾ ਜੀ D2O D2O ਨਾਲ ਇਸ ਨੂੰ ਜਾਣਿਆ ਜਾਂਦਾ ਹੈ ਪਾਰੀ ਜਲ ਨੂੰ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਤੁਸੀਂ ਆਪਣਾ ਸਕੋਰ ਜਿਹੜਾ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਕਿਵੇਂ ਦੀ ਵੀਡੀਓ ਤੁਹਾਨੂੰ ਲੱਗੀ ਹੈ ਉਹ ਵੀ ਤੁਸੀਂ ਦੱਸਣਾ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਹਾਂਜੀ ਮਿਲਦੇ ਆ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ